ਕੀ ਤੁਸੀਂ ਜਾਣਦੇ ਹੋ ਪ੍ਰਾਚੀਨ ਕਾਲ ਤੋਂ ਹੀ ਸਾਡੇ ਭਾਰਤ ਵਿੱਚ ਕਪਾਹ ਦਾ ਇੱਕ ਵਿਸ਼ੇਸ਼ ਥਾਂ ਹੈ ਪਰ ਫਿਰ ਵੀ ਅਸੀਂ ਕਈ ਸਾਲਾਂ ਤੋਂ ਕਪਾਹ ਦੇ ਉਤਪਾਦਨ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਇਹਨਾਂ ਚੁਣੌਤੀਆਂ ਵਿੱਚੋਂ ਇੱਕ ਹੈ ਕਪਾਹ ਦੀ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਘਾਤਕ ਬਿਮਾਰੀਆਂ ਕਪਾਹ ਉਗਾਉਣ ਵਾਲੇ ਕਿਸਾਨਾਂ ਲਈ ਇਸ ਬਿਮਾਰੀ ਦੀ ਸਮੱਸਿਆ ਦਿਨੋ ਦਿਨ ਵੱਧਦੀ ਜਾ ਰਹੀ ਹੈ ਪਰ ਹੁਣ ਚਿੰਤਾ ਨਾ ਕਰੋ ਤੁਹਾਡੀ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਦੀ ਵੱਧਦੀ ਕੰਪਨੀ ਇੰਡੋਫਿਲ ਇੰਡਸਟਰੀਜ਼ ਲਿਮਿਟਿਡ ਤੁਹਾਡੇ ਕਪਾਹ ਨੂੰ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਦਵਾਉਣ ਦੇ ਲਈ ਲੈ ਕੇ ਆਈ ਹੈ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਚੌਣਾਤਮਕ ਉੱਲੀ ਨਾਸ਼ਕ ਅਵਤਾਰ ਅਵਤਾਰ ਕਪਾਹ ਵਿੱਚ ਗੁੰਝਲਦਾਰ ਬਿਮਾਰੀਆਂ ਲਈ ਇੱਕ ਬਹੁਪੱਖੀ ਉੱਲੀ ਨਾਸ਼ਕ ਹੈ ਜਿਸ ਵਿੱਚ ਅੰਤਰ ਪ੍ਰਵਾਹੀ ਅਤੇ ਸੰਪਰਕ ਉੱਲੀ ਨਾਸ਼ਕ ਸ਼ਾਮਲ ਹਨ ਅਵਤਾਰ ਦੇ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਫਾਇਦੇ ਹਨ ਜਿਵੇਂ ਕਿ ਸ਼ਾਨਦਾਰ ਸੁਰੱਖਿਆ ਸੰਪਰਕ ਅਤੇ ਪ੍ਰਣਾਲੀਗਤ ਉੱਲੀ ਨਾਸ਼ਕਾਂ ਦਾ ਵਿਲੱਖਣ ਸੁਮੇਲ ਬਹੁਪੱਖੀ ਅਲਟਰਨੇਰੀਆ ਲੀਫ ਸਪੌਟ ਸਰਕੋਸੋਰਾ ਲੀਫ ਸਪੌਟ ਗੋਲਡ ਰੋਟ ਵਰਗੀਆਂ ਕਈ ਬਿਮਾਰੀਆਂ ਨੂੰ ਕੰਟਰੋਲ ਕਰਦਾ ਹੈ ਅਵਤਾਰ ਪੌਦੇ ਨੂੰ ਜ਼ਿੰਕ ਪੋਸ਼ਣ ਦੀ ਸਪਲਾਈ ਪ੍ਰਦਾਨ ਕਰਕੇ ਪੌਦੇ ਨੂੰ ਹਰੀਆ ਭਰੀਆ ਬਣਾਉਂਦਾ ਹੈ ਸਿਹਤਮੰਦ ਹਰੇ ਪੱਤੇ ਅਤੇ ਉੱਚ ਉਪਜ ਬਿਹਤਰ ਨਤੀਜਿਆਂ ਦੇ ਲਈ ਅਵਤਾਰ ਨੂੰ 500 ਗ੍ਰਾਮ ਪ੍ਰਤੀ ਏਕੜ ਨਾਲ ਸਪਰੇਅ ਕਰੋ ਪਰ ਅਵਤਾਰ ਲਈ ਵਰਤੋਂ ਦਾ ਸਮਾਂ ਕੀ ਹੈ ਪਹਿਲਾ ਛਿੜਕਾ ਬਿਜਾਈ ਤੋਂ 50 ਤੋਂ 65 ਦਿਨਾਂ ਬਾਅਦ ਦੂਜਾ ਛਿੜਕਾ ਪਹਿਲੇ ਛਿੜਕਾ ਤੋਂ 10 ਤੋਂ 15 ਦਿਨਾਂ ਬਾਅਦ ਦੁਬਾਰਾ ਛਿੜਕਾ ਕਰੋ ਇਸ ਨਾਲ ਰੋਗ ਮੁਕਤ ਫਸਲ ਪਾ ਕੇ ਕਪਾਹ ਦਾ ਉਤਪਾਦਨ ਵਧਾਉਣਾ ਚਾਹੁੰਦੇ ਹੋ ਤਾਂ ਪਿਆਰੇ ਕਿਸਾਨ ਭਰਾਵੋ ਇੰਡੋਫਿਲ ਦੇ ਖੋਜੀ ਨੂੰ ਲਿਆਓ ਅਵਤਾਰ ਬਿਮਾਰੀਆਂ ਤੋਂ ਮੁਕਤੀ ਪੌਦਿਆਂ ਨੂੰ ਸ਼ਕਤੀ ਸ਼ੁਰੂ ਤੋਂ